ਪੰਜਾਬ ਦੀ ਇਕਨੋਮੀ ਦਾ ਰਿਵਾਈਵਲ ਕਿਸਾਨੀ ਕਿੱਤੇ ਵਿੱਚੋਂ ਹੀ ਜਾਂਦਾ ਤੇ ਦੇਸ਼ ਦੀ 50% ਆਬਾਦੀ ਕਿਸਾਨੀ ਵਿੱਚ ਕੰਮ ਕਰ ਰਹੀ ਹੈ, ਇੰਪਲੋਇਮੈਂਟ ਲੈ ਰਹੀ ਹੈ, ਜਦਕਿ ਸਿਰਫ 15% GDP ਕਿਸਾਨੀ ਵਿੱਚੋਂ ਨਿਕਲਦੀ ਹੈ ਤੇ ਕਿਸਾਨੀ ਕਿੱਤੇ ਦਾ ਸਿੱਧਾ ਨਾਤਾ ਅਨਾਜ ਨਾਲ ਹੈ ਤੇ ਰੋਟੀ ਸਭ ਨੇ ਖਾਣੀ ਹੈ ਸਾਰ। 92% ਲੇਬਰ ਇਨਫੋਰਮਲ ਹੈ, ਕੋਈ 200 ਲੈਂਦਾ, ਕੋਈ 300 ਲੈਂਦਾ, ਕੋਈ 400 ਲੈਂਦਾ, ਕੋਈ ਚਾਹ ਦੀ ਦੁਕਾਨ ਤੇ ਕੰਮ ਕਰਦਾ। 86% ਕਿਸਾਨ ਕੋਲ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਰਹਿੰਦੀ ਹੈ ਤੇ 50% ਆਬਾਦੀ ਖੇਤੀ ਕਿੱਤੇ ਦੇ ਨਾਲ ਜੁੜੀ ਹੋਈ ਹੈ। ਤੇ ਜੇ ਦੇਸ਼ ਨੇ ਤਰੱਕੀ ਦੀ ਰਾਹ ਦੇ ਉੱਤੇ ਪੈਣਾ ਹੈ ਤੇ ਜੇ ਦੇਸ਼ ਵਿੱਚ ਗਰੀਬੀ ਤੇ ਭੁੱਖਮਰੀ ਦਾ ਹੱਲ ਕਰਨਾ ਹੈ ਤੇ ਉਹ ਮੈਨੂਫੈਕਚਰਿੰਗ ਤੇ ਸਰਵਿਸ ਸੈਕਟਰ ਤੋਂ ਨਹੀਂ ਬਲਕਿ ਕਿਸਾਨੀ ਦੇ ਥਰੂ ਕੀਤਾ ਜਾ ਸਕਦਾ, ਐਗਰੀਕਲਚਰ ਦੀ ਨੀਤੀ ਦੇ ਨਾਲ, ਨੀਤੀ ਸ਼ਾਸਤਰ ਦੇ ਨਾਲ ਕੀਤਾ ਜਾ ਸਕਦਾ। ਤੇ ਜੇ ਆਪਾਂ ਕੋਈ ਐਗਰੀਕਲਚਰ ਨੀਤੀ ਬਣਾਉਣੀ ਹੈ ਤੇ ਉਸ ਦਾ ਮੁੱਢ, ਉਹਦੇ ਸੈਂਟਰਲ ਪਿਲਰ ਕਾਰਪੋਰੇਟ ਨਹੀਂ ਹੋ ਸਕਦੇ, ਉਹ ਸਮਾਲ ਤੇ ਮਾਰਜਨਲ ਫਾਰਮਰ ਤੇ ਕਿਸਾਨੀ ਲੇਬਰ ਹੋਣੀ ਚਾਹੀਦੀ। ਤਾਂ ਹੀ ਮੈਂ ਇਹ ਸਮਾਲ ਫਾਰਮਰ ਮਾਡਲ ਦੀ ਗੱਲ ਕਰਦਾ ਕਿ ਕਿਸਾਨ ਦੀ ਜਿਹੜੀ ਲੇਬਰ ਦੀ ਇਨਕਮ, ਕਿਉਂਕਿ ਲੇਬਰ ਮੁੱਢਲਾ ਹਿੱਸਾ, ਉਹਨੂੰ ਕਿਸ ਤਰੀਕੇ ਨਾਲ ਵਧਾਇਆ ਜਾ ਸਕਦਾ ਕਿ ਆਪਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਨਹੀਂ ਚਾਹੀਦਾ ਜਿਹੜੇ ਆਪਣੀ ਜ਼ਮੀਨ ਤੇ ਨਹੀਂ ਕਿਸੇ ਹੋਰ ਦੀ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਨੇ। ਸਾਨੂੰ ਉਹਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਜੋ ਆਪਣੀ ਆਵਾਜ਼ ਆਪ ਨਹੀਂ ਬੁਲੰਦ ਕਰ ਸਕਦੇ, ਉਹਨਾਂ ਦੀ ਆਵਾਜ਼ ਅਸੀਂ ਬਣੀ। 32% ਦਲਿਤਾਂ ਦੀ ਗੱਲ ਕਰ ਰਿਹਾ ਸਰ, ਜਿਹੜੀ 2011 ਦੇ ਸੈਂਸੈਕਸ ਦੇ ਵਿੱਚ ਸੀ ਔਰ ਉਹਨਾਂ ਕੋਲ ਸਿਰਫ 2% ਜ਼ਮੀਨ ਹੈ, ਉਹ ਤਾਂ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਦੀ ਆਰਥਿਕ ਤਾਕਤ ਵੀ ਨਹੀਂ ਰੱਖਦੇ, ਨਾ ਉਹਨਾਂ ਕੋਲ ਟਰੈਕਟਰ ਹੈ, ਨਾ ਉਹਨਾਂ ਕੋਲ ਟਰਾਲੀ ਹੈ, ਉਹ ਤਾਂ ਆਪਣੀ ਜਿਹੜੇ ਜ਼ਿਮੀਂਦਾਰ ਭਾਈ ਭੈਣ ਉਹਨਾਂ ਵੱਲ ਦੇਖਦੇ ਨੇ ਤੇ ਉਹਨਾਂ ਦੀ ਆਵਾਜ਼ ਉਹ ਜ਼ਿਮੀਂਦਾਰ ਭੈਣ ਭਾਈ ਜਿਹੜੇ ਅੱਜ ਉੱਥੇ ਧਰਨੇ ਤੇ ਬੈਠੇ ਆ ਉਹੀ ਚੁੱਕਦੇ। ਤੇ ਜਦ ਤੱਕ ਆਪਾਂ ਕਿਸਾਨੀ ਲੇਬਰ ਦੀ ਆਮਦਨ ਨਹੀਂ ਵਧਾਉਂਦੇ ਤਦ ਤੱਕ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਆਪਾਂ ਕਿਸਾਨੀ ਕਿੱਤੇ ਦੀ ਮਦਦ ਕੀਤੀ। ਕਿਸਾਨੀ ਲੇਬਰ ਨੂੰ ਜੇ ਸਰਕਾਰ ਸਬਸਿਡੀ ਦੇਵੇ, ਮੈਂ ਦੇਖਦਾ ਉਹਨਾਂ ਮਨਰੇਗਾ ਲਾਈਕ ਇਨਸੈਂਟਿਵ ਜਿਹੜੇ ਨੇ ਐਗਰੀਕਲਚਰ ਦੇ ਖੇਤਾਂ ਦੇ ਵਿੱਚ ਜਾਣ ਦੇ ਲਈ, ਜੇ ਆਪਾਂ ਮਨਰੇਗਾ ਦੀ ਉਹਨਾਂ ਨੂੰ ਮਦਦ ਦਈਏ, ਇਨਸੈਂਟਿਵ ਦਈਏ, ਤੇ ਮੈਂ ਸਮਝਦਾ ਕਿ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਉਹਨਾਂ ਦੀ ਬਾਂਹ ਫੜੀਏ। ਕਿਉਂਕਿ ਮੈਂ ਮੰਨਦਾ ਕਿ ਜੇ ਮੈਂ ਅਟਾਰੀ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਸੀ, ਉਹ ਕਹਿੰਦੇ ਜੀ 2 ਰੁਪਈਏ ਅਸੀਂ ਮਟਰ ਲਾਉਣ ਨੂੰ ਸਾਡੀ ਲਾਗਤ ਲੱਗਦੀ ਹੈ ਤੇ 2 ਰੁਪਈਏ ਲੇਬਰ ਲੱਗਦੀ। ਹੁਣ ਤੁਸੀਂ ਸੋਚੋ ਜੇ ਉਹ 2 ਰੁਪਈਏ ਵਾਲੀ ਲੇਬਰ ਕਿਸਾਨ ਦੇ ਬੋਝ ਤੋਂ ਪਰੇ ਹੋ ਜਾਏ, ਉਹ ਕਿੰਨਾ ਹਲਕਾ ਹੋ ਜਾਊਗਾ ਔਰ ਉਹਦੀ ਆਮਦਨ ਕਿੰਨੀ ਵੱਧ ਜੂਗੀ। ਦੂਜੀ ਚੀਜ਼ ਹੈ ਵੀ ਜਿਹੜੀ ਲੇਬਰ ਹੈ ਉਹ ਜਦੋਂ ਮਹਿੰਗਾਈ ਵੱਧਦੀ ਹੈ, ਅਡਾਨੀ ਦੀ ਤਾਂ ਜਿਹੜੀ ਮਹਿੰਗਾਈ ਦੇ ਨਾਲ ਇਨਫਲੇਸ਼ਨ ਦੇ ਨਾਲ ਉਹ ਵਾਧਾ ਜੋੜ ਦਿੰਦੇ ਆ, ਲੇਕਿਨ 300 ਤੋਂ ਵਧੀ ਨਹੀਂ ਹੈ ਲੇਬਰ ਦੀ ਜਿਹੜੀ ਦਿਹਾੜੀ ਹੈ, 300 ਹੋਵੇ 400 ਹੋਵੇ, ਤੇ ਹੁਣ ਤੇ 6000 ਰੁਪਈਆ ਸਾਲ ਦਿੰਦੇ ਆ ਜਿਹੜੀ ਕਿ 500 ਰੁਪਈਏ ਮਹੀਨਾ ਬਣਦੀ ਹੈ। 500 ਰੁਪਈਆ ਮਹੀਨਾ ਕਿੱਡਾ ਵੱਡਾ ਮਜ਼ਾਕ ਹੈ।